ਸਾਡੀ ਸੀਨੀਅਰ ਲੀਡਰਸ਼ਿਪ ਯਾਦਗਾਰੀ ਫੋਟੋ। ਉਸ ਤੋਂ ਬਾਅਦ ਪਿੰਡ ਦੇ ਜਿੰਨੇ ਵੀ ਨੰਬਰਦਾਰ ਸਾਹਿਬਾਨ ਹਨ ਉਹ ਅੱਜ ਦੇ ਇਸ ਝੰਡੀ ਦੀ ਕੁਸ਼ਤੀ ਪਹਿਲਵਾਨਾਂ ਦੇ ਨਾਲ। ਪੰਜਾਬ ਦੀ ਧਰਤੀ ਪੀਰਾਂ ਫਕੀਰਾਂ ਅਤੇ ਗੁਰੂਆਂ ਦੀ ਧਰਤੀ ਹੈ। ਇੱਥੇ ਹਰ ਰੋਜ਼ ਕੋਈ ਨਾ ਕੋਈ ਮੇਲਾ, ਖੇਡਾਂ ਅਤੇ ਛਿੰਝਾਂ ਅਖਾੜਿਆਂ ਦੀ ਸ਼ਿੰਗਾਰ ਬਣਦੀਆਂ ਹਨ। ਅਜਿਹਾ ਇੱਕ ਛਿੰਝ ਮੇਲਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਛਿੰਗੜਾ ਵਿੱਚ ਧੰਨ ਧੰਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਦੀ ਯਾਦ ਵਿੱਚ ਕਰਵਾਇਆ ਗਿਆ। ਇਸ ਕੁਸ਼ਤੀ ਦੰਗਲ ਵਿੱਚ 5 ਲੱਖ ਤੋਂ ਵੱਧ ਨਕਦ ਰਾਸ਼ੀ ਦੇ ਇਨਾਮ ਪਹਿਲਵਾਨਾਂ ਨੂੰ ਦਿੱਤੇ ਗਏ। ਇਸ ਛਿੰਝ ਮੇਲੇ ਵਿੱਚ ਪੰਜਾਬ ਦੇ ਨਾਮਵਰ ਪਹਿਲਵਾਨਾਂ ਨੇ ਆਪਣੀਆਂ ਕੁਸ਼ਤੀਆਂ ਦੇ ਜੋਹਰ ਦਿਖਾਏ। ਸ੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਨੌਜਵਾਨ ਸਭਾ ਵੱਲੋਂ 3 ਨੰਬਰ ਪਟਕੇ ਦੀ ਕੁਸ਼ਤੀ ਲਈ ਮੋਟਰਸਾਈਕਲ ਇਨਾਮ ਵਜੋਂ ਦਿੱਤਾ ਗਿਆ। ਇਹ ਕੁਸ਼ਤੀ ਅਲੀ ਮਲੇਰਕੋਟਲਾ ਅਤੇ ਬਿੱਟੂ ਰੋਣੀ ਵਿਚਕਾਰ ਹੋਈ, ਜਿਸ ਬਿੱਟੂ ਰੋਣੀ ਨੇ ਅਲੀ ਮਲੇਰਕੋਟਲਾ ਨੂੰ ਹਰਾ ਕੇ ਮੋਟਰਸਾਈਕਲ ਉੱਤੇ ਕਬਜ਼ਾ ਕੀਤਾ। 2 ਨੰਬਰ ਪਟਕੇ ਦੀ ਕੁਸ਼ਤੀ ਕਾਕਾ ਕੋਹਾਲੀ ਅਤੇ ਲਾਲੀ ਮੰਡ ਚੌਥਾ ਵਿਚਕਾਰ ਹੋਈ, ਜਿਸ ਵਿੱਚ ਲਾਲੀ ਮੰਡ ਚੌਥਾ ਨੇ ਕਾਕਾ ਕੋਹਾਲੀ ਨੂੰ ਹਰਾ ਕੇ 1,10,000 ਦਾ ਇਨਾਮ ਹਾਸਿਲ ਕੀਤਾ, ਜਦਕਿ ਉਪ ਜੇਤੂ ਨੇ 90,000 ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਜਿਹੜੇ ਆਪਣਾ ਦਾਨ ਛਿੰਝ ਕਮੇਟੀ ਨੂੰ ਨਹੀਂ ਦੇ ਸਕਦੇ ਉਹ ਆਪਣੀ ਸੁੱਖ ਕਰਕੇ ਭਲਵਾਨਾਂ ਦੀ ਗੇੜੀ ਲਵਾਈ ਜਾਂਦੀ ਹੈ। ਨਗਰ ਫੇਰੇ ਦੀ ਸੁੱਖ ਹੈ ਜਿਹੜਾ ਸਾਡੇ ਵੀਰ ਜਿਹੜਾ ਉੱਥੇ ਨੇ ਕਮੇਟੀ ਨੂੰ ਨਾਲ ਹੀ ਕਮਲਦੀਪ ਪਟਿਆਲਾ ਤੇ ਸੋਨੂੰ ਲੱਗੀਆਂ ਬਈ ਬੇਨਤੀ ਹੈ ਜਿੱਥੇ ਰਾਜਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਵੱਡਾ ਯੋਗਦਾਨ ਹੈ। ਪਹਿਲੇ ਨੰਬਰ ਪਟਕੇ ਦੀ ਕੁਸ਼ਤੀ ਜੱਸਾ ਪੱਠੀ ਅਤੇ ਸੁਨੀਲ ਜੀਰਕਪੁਰ ਵਿਚਕਾਰ ਕਾਂਟੇ ਦੀ ਕੁਸ਼ਤੀ ਦਰਸ਼ਕਾਂ ਲਈ ਦੇਖਣ ਨੂੰ ਮਿਲੇ, ਜਿਸ ਵਿੱਚ ਜੱਸਾ ਪੱਠੀ ਨੇ ਸੁਨੀਲ ਜੀਰਕਪੁਰ ਨੂੰ ਹਰਾ ਕੇ 1,75,000 ਦੀ ਰਾਸ਼ੀ ਦਾ ਇਨਾਮ ਜਿੱਤਿਆ ਅਤੇ ਉਪ ਜੇਤੂ ਪਹਿਲਵਾਨ ਸੁਨੀਲ ਜੀਰਕਪੁਰ ਨੂੰ 1,25,000 ਦੇ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਸਾਡੇ ਸੁਰਬੀਰ ਸਿੰਘ ਦੀ ਲੱਦੀਆਂ ਪਹਿਲਵਾਨ ਦੇ ਲਖਤੇ ਜਿਗਰ ਹੈ। ਆਹ ਕੁਸ਼ਤੀ ਜਿਹੜੀ ਸ਼ੁਰੂ ਕਰਵਾ ਦਿਓ ਭਾਜੀ, ਬਹੁਤ ਟੌਪ ਦੀ ਜਿਹੜੀ ਕੁਸ਼ਤੀ ਸ਼ੁਰੂ ਹੋਣ ਜਾ ਰਹੀ ਹੈ। ਸਭ ਨੂੰ 2 ਮਿੰਟ ਰੋਕ ਲਏ ਮੇਰਾ ਵੀਰ, ਜੇ ਕੁਸ਼ਤੀ ਜਿਹੜੀ ਬੋਲਦੀ ਸਰਬੰਧ ਨੰਬਰਦਾਰ ਜੀ ਸਵਾਲ ਆ ਰਿਹਾ ਕੁਸ਼ਤੀ ਦਾ, ਹੁਣ ਨੰਗ ਲੈ ਰਹੀ ਹੈ ਸੰਗਤ ਦੇ ਦੋਵੇਂ ਪਾਸੇ ਦੇਖਾਂਗੇ। ਹਾਂਜੀ ਹਾਂ, ਲੋਕਾਂ ਨੂੰ ਕਰਾਂ ਲੱਖ ਵਾਰ ਮੈਂ ਸਾਡੇ ਬੜੀਆਂ ਗੱਲਾਂ ਨਹੀਂ ਆ ਰਹੀਆਂ ਨੇ। ਔਰ ਹਰ ਪੀੜਤਾ ਨੇ ਵੀ ਇਹਨਾਂ ਨੂੰ ਕੁਝ ਕੀਤਾ ਜਿਹੜਾ ਕੋਈ ਨਹੀਂ ਕਰ ਸਕਦਾ। ਔਰ ਬਾਬਾ ਜੀ ਔਰ ਨਾਲ ਛਿੰਝ ਮੇਲਾ ਬਣਾ ਰਹੇ ਹਾਂ ਰਬੀ ਜੀ ਨੂੰ ਘੋੜੇ ਦੇ ਕੇਸ ਮੱਖਣ ਨੂੰ ਭਾਵੇਂ ਚੁੰਮੇ ਆਏ ਉਹਦੀ ਘੋੜੀ ਦਿੱਤੀ ਜਾਊਗੀ। ਸਾਡੇ ਰਵੀ ਪਾਸੀ ਦੇ ਅੰਪਾਇਰ ਸਰਜੀਤ ਸਿੰਘ ਲੱਲੀਆਂ ਹੋਣਗੇ। ਬੇਨਤੀ ਕਰਦਾ ਕਿ ਉਹ ਵਿੱਚ ਆ ਜਾਣ ਸਰਦਾਰ ਸਤਨਾਮ ਸਿੰਘ ਜੀ USA ਜਿਨ੍ਹਾਂ ਵੱਲੋਂ ਕੋਈ ਵੀ ਅੱਜ ਦੀ ਝੰਡੀ ਦਾ ਪ੍ਰਾਈਜ਼ ਦਿੱਤਾ ਜਾ ਰਿਹਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਇਸ ਮੌਕੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਹਲਕਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਬੁੱਧ ਸਿੰਘ ਬਲਾਕੀਪੁਰ, ਨਵਦੀਪ ਅਨੋਖਰੋਵਾਲ ਸਤਨਾਮ ਹੇੜੀਆਂ UK, ਚੇਅਰਮੈਨ ਰਣਜੀਤ ਸਿੰਘ ਚਿੰਗੜ, ਸਰਪੰਚ ਯਗਵਿੰਦਰ ਸਿੰਘ, ਪੰਡਿਤ ਹਰਦੀਪ ਕੁਮਾਰ, ਬਲਵਿੰਦਰ ਸਿੰਘ ਚਿੰਗੜ, ਬਾਬਾ ਸੁਖਵਿੰਦਰ ਸਿੰਘ ਮੰਗਾ ਨੇ ਸਾਂਝੇ ਤੌਰ ਉੱਤੇ ਕੀਤੀ। ਕੁਸ਼ਤੀ ਅਖਾੜੇ ਵਿੱਚ ਕੋਈ ਲਗਭਗ 150 ਕੁਸ਼ਤੀਆਂ ਦੇ ਕੁਸ਼ਤੀਆਂ ਹੋਈਆਂ। ਹਰ ਪਹਿਲਵਾਨ ਦਾ ਕਮੇਟੀ ਵੱਲੋਂ ਨਕਦ ਰਾਸ਼ੀ ਨਾਲ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ ਨੇ ਆਏ ਸਾਰੇ ਮਹਿਮਾਨਾਂ ਅਤੇ ਪਹਿਲਵਾਨਾਂ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਪ੍ਰਬੰਧਕ ਕਮੇਟੀ ਨੂੰ ਮੁਬਾਰਕਬਾਦ ਵੀ ਦਿੱਤੀ। ਉਹਨਾਂ ਦੇ ਨਾਲ ਸ਼੍ਰੀ ਸੋਹਣਾ ਟੱਡਾ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸੀ ਮੇਲ ਸਰਦਾਰ ਅੱਜ ਦੇ ਛਿੰਝ ਮੇਲੇ 'ਤੇ ਲੱਖ ਲੱਖ ਵਧਾਈ ਦਿੰਦਾ ਹਾਂ। ਮੈਂ ਤੁਹਾਡਾ ਜ਼ਿਆਦਾ ਸਮਾਂ ਨਹੀਂ ਲੈਣਾ, ਪਰ ਜਿਸ ਤਰ੍ਹਾਂ ਦਾ ਪ੍ਰਬੰਧ
ਜਿਸ ਤਰ੍ਹਾਂ ਦਾ ਉਚਿਤ ਹੈ ਮੈਂ ਸਮਝਦਾ ਕਿ ਪੰਜਾਬ ਦੇ ਜਿਹੜੇ ਚੰਗੇ ਦਿਨ ਆ ਉਹਨਾਂ ਦੀ ਅਸੀਂ ਆਸ ਕਰ ਸਕੀਏ। ਜਦੋਂ ਅਸੀਂ ਪਿੰਡ ਦੇ ਮੋਤਬਰ ਸੱਜਣ ਆਪਣੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਇਸ ਤਰ੍ਹਾਂ ਉਤਸ਼ਾਹ ਦੇ ਨਾਲ ਅਸੀਂ ਇਹ ਖੇਡ ਮੇਲੇ ਕਰਾਉਂਦੇ ਹਾਂ, ਮੈਂ ਸਮਝਦਾ ਕਿ ਸਾਡੇ ਨੌਜਵਾਨ ਦੇਸ਼ ਪੰਜਾਬ ਦੀ ਤਰੱਕੀ ਲਈ ਆਪਣਾ ਯੋਗਦਾਨ ਜ਼ਰੂਰ ਪਾਉਣਗੇ। ਸੋ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਅੱਜ ਦੇ ਸ਼ਹੀਦ ਮੇਲੇ ਦੀ ਲੱਖ ਲੱਖ ਵਧਾਈ ਦਿੱਤਾ ਹੈ ਤੁਹਾਨੂੰ। ਸੇਵਨ ਨਿਊਜ਼ ਦੇ ਲਈ ਬੰਗਾ ਤੋਂ ਜੋਗਿੰਦਰ ਸਿੰਘ ਜੰਡਿਆਲੀ ਦੀ ਰਿਪੋਰਟ।